ਜੀ ਆ ਗਏ ਹੁਣ ਮੰਡੀ ਤੇ, ਇੱਥੇ ਵੀ ਆਏ ਆ ਦੂਸਰਾ ਮੰਡੀ 'ਚ ਚੀਜ਼ਾਂ ਖਰੀਦਣ। ਨਾਸ਼ਤਾ ਜਿਹੜਾ ਵਾ ਨਾ ਉਹ ਮੈਂ ਤਿਆਰ ਕਰ ਲਿਆ ਵਾ, ਬਿਲਾਲ ਨਾਸ਼ਤਾ ਕਰੇ ਵਾ ਦਹੀਂ ਅਤੇ ਰੋਟੀ ਜਿਹੜੀ ਆ ਨਾ ਤੰਦੂਰ ਦੀ ਆ, ਰਾਤ ਦੀ ਅਸੀਂ ਤੰਦੂਰ 'ਤੇ ਰੋਟੀਆਂ ਲਾਈਆਂ, ਉਹੀ ਨਾ ਮੈਂ ਪਾਣੀ ਲਾ ਕੇ ਗਰਮ ਕਰ ਦਿੱਤੀਆਂ ਇਹਨਾਂ ਨੇ ਵਾਸਤੇ, ਰਿਹਾਨ ਲਈ ਅਤੇ ਬਿਲਾਲ ਲਈ ਨਾ ਮੈਂ ਦੋਨਾਂ ਵਾਸਤੇ ਗਰਮ ਕਰ ਲਈ ਆ, ਅਤੇ ਆਪਣੇ ਵਾਸਤੇ ਅਤੇ ਬਿਲਾਲ ਦੇ ਪਾਪਾ ਵਾਸਤੇ ਨਾ 4 ਰੋਟੀਆਂ ਰਾਤ ਦੀਆਂ ਸੀਗੀਆਂ। ਮੈਂ ਰਾਤੀ ਨਾ ਖੁਦ ਥੋੜ੍ਹੀ ਜ਼ਿਆਦਾ ਬਣਾਈ ਸੀਗੀ, ਸੁਬਹਾ ਨਾ ਚਾਏ ਦੇ ਨਾਲ ਬੜੀ ਮਜ਼ੇਦਾਰ ਲੱਗਦੀ ਆ, ਅਤੇ ਅਸੀਂ ਆਪਣੇ ਵਾਸਤੇ ਨਹੀਂ ਗਰਮ ਕੀਤੀ। ਇਹ ਨਾਸ਼ਤਾ ਕਰਨ ਲਈ ਰਿਹਾਨ ਹੈਗਾ ਵਾਸ਼ਰੂਮ 'ਚ, ਅਤੇ ਉਹ ਵੀ ਨਾਸ਼ਤਾ ਉਹਨੇ ਕਰ ਲੈਣਾ, ਅਤੇ ਅਸੀਂ ਚੱਲੇ ਹਾਂ ਅੱਜ ਮੰਡੀ। ਅੱਜ ਮੰਡੀ ਤੁਹਾਨੂੰ ਦਿਖਾਵਾਂਗੇ ਮੰਡੀ ਦੇ ਵਿੱਚ ਚੀਜ਼ਾਂ ਕੀ ਭਾਅ ਵਿਕਦੀਆਂ। ਮੰਡੀ ਵਾਲੇ ਸਾਨੂੰ ਲੁੱਟਦੇ ਆ ਅਤੇ ਅਸੀਂ ਮੰਡੀ ਵਾਲੇ ਨੂੰ ਲੁੱਟ ਕੇ ਆਵਾਂਗੇ। ਜੀ ਆ ਗਏ ਹੁਣ ਮੰਡੀ ਤੇ, ਅਤੇ ਦੇਖਦੇ ਹਾਂ ਕਿਹੜੀ ਸ਼ਾਇਦ ਪਸੰਦ ਲਾਉਂਦੇ ਫਿਰ ਕਰਦੇ ਹਾਂ। ਅਤੇ ਬੇਗਮ ਸਾਹਿਬਾਂ ਨੂੰ ਉੱਧਰ ਖੜਾ ਕੀਤਾ ਵਾ ਸਾਈਡ 'ਤੇ, ਮੈਂ ਕਿਹਾ ਤੁਸੀਂ ਸਾਈਡ 'ਤੇ ਖੜੇ ਹੋ ਫਿਰ ਮੈਂ ਅਤੇ ਚੀਜ਼ਾਂ ਕੋਈ ਦੇਖਦੇ ਹਾਂ ਪਸੰਦ ਆਉਂਦੇ ਫਿਰ ਉਸ ਕਰਦੇ ਹਾਂ। ਮੈਂ ਤਾਂ ਇੱਥੇ ਖੜੀ ਹਾਂ ਇੱਕ ਸਾਈਡ 'ਤੇ, ਆ ਬੱਚੇ ਵੀ ਆਏ ਆ ਦੂਸਰਾ ਮੰਡੀ 'ਚ ਚੀਜ਼ਾਂ ਖਰੀਦਣ, ਮੇਰੇ ਖਿਆਲੇ ਹੰਦਵਾਣੇ ਲਏ ਆ ਇਹਨਾਂ ਨੇ। ਲਾਲ ਦਾ ਪਾਪਾ ਗਿਆ ਵਾ ਦੂਸਰਾ ਕੁਛ ਨਾ ਸਮਾਨ ਲੈ ਕੇ ਆ ਗਿਆ ਵਾ, ਅਤੇ ਮੈਂ ਕਿਹਾ ਵੀ ਕੁਛ ਨਾ ਸਬਜ਼ੀ ਜਿਹੜੀ ਆ ਨਾ ਉਹ ਲੈ ਕੇ ਆ। ਮੰਡੀ ਨਾ ਜ਼ਿਆਦਾ ਜ਼ਿਆਦਾ ਖਤਮ ਹੋ ਗਈ ਆ, 8 ਵਜੇ ਤੀਕਰ ਨਾ ਮੰਡੀ ਖਤਮ ਹੋ ਜਾਂਦੀ ਆ। ਅਸੀਂ ਸੰਜਰੇ ਆਏ ਸੀਗੇ ਅਤੇ ਘਰ ਜਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅਸੀਂ ਕਿਹੜੀ ਕਿਹੜੀ ਚੀਜ਼ ਲਈ ਆ। ਅਸੀਂ ਨਾ ਸਬਜ਼ੀ ਜਿਹੜੀ ਆ ਨਾ ਉਹ ਅਸੀਂ 3 ਕਿਸਮ ਦੀ ਲੈ ਕੇ ਆਏ ਹਾਂ। ਇਹਦੇ ਵਿੱਚ ਆ ਪਿਆਜ਼ ਖਤਮ ਹੋਇਆ ਸੀਗਾ, ਅਤੇ ਇੱਧਰ ਘੀਆ ਤੋਰੀ ਆ, ਅਤੇ ਇੱਥੇ ਨਾ ਬਾਜ਼ਾਰੀ ਬਾਜ਼ਾਰੋਂ ਸਬਜ਼ੀ ਤਾਂ ਮਿਲ ਜਾਂਦੀ ਹੈ, ਲੇਕਿਨ ਨਾ ਸਾਰਾ ਦਿਨ ਇੰਨੀ ਗਰਮੀ ਪੈਂਦੀ ਹੈ ਨਾ ਰੇਹੜੀ ਦੇ ਵਿੱਚ ਪੈ ਕੇ ਨਾ, ਅਤੇ ਮਾਸ਼ਾਅੱਲਾ ਇਹ ਦੇਖੋ ਇੰਨੀ ਪਿਆਰੀ ਸਬਜ਼ੀ ਆ, ਤਾਜ਼ੀ ਘੀਆ ਤੋਰੀ ਆ, ਨਾਲ ਭਿੰਡੀ ਅਸੀਂ ਲੈ ਕੇ ਆਏ ਹਾਂ, ਅਤੇ ਨਾਲ ਲੈ ਕੇ ਆ ਟਿੰਡੇ। ਅਤੇ ਬੰਦਾ ਇੱਕ ਦਿਨ ਇੱਕ ਚੀਜ਼ ਪਕਾਵੇ ਨਾ 3 ਦਿਨ ਸਾਡੇ ਨੰਘ ਜਿਆ ਕਰਨੇ ਆ। ਅਤੇ ਇੱਧਰ ਅਸੀਂ ਲੈ ਕੇ ਆਏ ਹਾਂ ਹਲਵਾਣੇ ਦਾ ਅੱਜ ਕੱਲ੍ਹ ਮੌਸਮ ਆ, ਮੈਂ ਜਦੋਂ ਮੌਸਮ ਹਲਵਾਣਿਆਂ ਦਾ ਨਾ ਮੈਂ ਕਿਹਾ ਖਾਣੇ ਚਾਹੀਦੇ ਆ, ਅਤੇ ਇਹ ਨਾ 3 ਹਲਵਾਣੇ ਆ, ਅਤੇ ਇਹ ਨਾ ਖੋਲਦੇ ਹਾਂ ਬਾਅਦ 'ਚ, ਅਤੇ ਗਰਮੀ ਨਹੀਂ ਹੈਗੀ ਆ। ਅਸੀਂ ਸੁਬਹਾ ਸੁਬਹਾ ਚੱਲ ਗਏ ਸੀਗੇ, ਨਾਸ਼ਤਾ ਵੀ ਨਹੀਂ ਕੀਤਾ, ਬੱਚਿਆਂ ਨੇ ਕਰ ਲਿਆ ਨਾਸ਼ਤਾ, ਮੈਂ ਤਾਂ ਬਿਲਾਲ ਦੇ ਪਾਪਾ ਨੇ ਨਾਸ਼ਤਾ ਨਹੀਂ ਕੀਤਾ। ਅਤੇ ਬਿਲਾਲ ਨੂੰ ਕਹਿੰਦਾ ਪਾਣੀ ਲੈ ਕੇ ਆ, ਇਹ ਨਾ ਸਬਜ਼ੀਆਂ ਰੱਖਦੀਆਂ, ਅਤੇ ਉਸ ਤੋਂ ਬਾਅਦ ਹੰਦਵਾਣਾ ਵੀ ਕੱਟਾਂਗੇ, ਉਹ ਵੀ ਫਰਿੱਜ 'ਚ ਰੱਖਾਂਗੇ ਠੰਡਾ ਹੋ ਜਾਵੇ। ਅਤੇ ਦੂਜੀ ਬੋਲੋ ਕੂਲਰ 'ਚ ਨਾ ਬਰਫ਼ ਪਈ, ਜਦੋਂ ਦੀ ਅਸੀਂ ਫਰਿੱਜ ਸਾਫ਼ ਕੀਤੀ ਹੈ ਨਾ ਬਰਫ਼ ਹੀ ਨਹੀਂ ਸਹੀ ਬਣ ਰਹੀ ਹੈ।
ਗਰਮ ਹੋ ਜਾਂਦਾ ਨਾ ਕਿਹਨਾਂ ਚ। ਜੀ ਅਸੀਂ ਨਾ ਦਵਾਣੇ ਜਿਹੜੇ ਆ ਨਾ ਦੋ ਪੀਸ ਆ ਵਾ ਇੱਕ ਆ ਅਤੇ ਇਹਨਾਂ ਨੂੰ ਕੱਟਦੀ ਹਾਂ। ਅੱਜ ਸੁਬਹਾ ਸੁਬਹਾ ਇੰਨੀ ਗਰਮੀ ਆ ਨਾ ਕਰੇ ਬਾਰਿਸ਼ ਪੈ ਜਾਵੇ ਖੂਨ ਆ ਜਾਏਗਾ। ਮੌਸਮ ਉੱਥੇ ਬਣਿਆ ਤਾਂ ਸੀਗਾ ਝੜ ਬਣਿਆ ਯਕਦਮ ਹੀ ਭੈਣੇ ਧੋ ਲਵਾਂ ਮਿੱਟੀ ਲੱਗੀ। ਇੰਨਾ ਲਾਲ ਨਹੀਂ ਹੈਗਾ ਲੇਕਿਨ ਫਿਰ ਵੀ ਸਹੀ ਆ, ਠੀਕ ਆ। ਇਹ ਆ ਵੀ ਉਧਰੋਂ ਨਾ ਸਸਤੇ ਮਿਲ ਗਏ ਆ, ਇੱਥੇ ਬਹੁਤ ਮਹਿੰਗੇ ਮਿਲਣੇ ਸੀਗੇ। ਇੱਥੇ ਆਪਾਂ ਨੂੰ ਇੱਕ ਦੋਣਾ ਮਿਲਣਾ ਸੀ ਇਹਨਾਂ ਦਾ। ਹਾਂ ਬਾਕੀ ਇੱਕ ਮਿਲਣਾ ਸੀਗਾ ਸਾਨੂੰ ਤੇ ਉੱਤੇ ਤਿੰਨ ਮਿਲ ਗਏ। ਉਹ ਵੀ ਅੱਜ ਕੱਲ੍ਹ ਦੇ ਜਿਹੜੇ ਹੰਦਵਾਣੇ ਆ ਨਾ ਉਹ ਇਸ ਤਰ੍ਹਾਂ ਦੇ ਆ ਰਹੇ ਆ। ਲਾਲ ਦੀ ਨਾ ਸਾਈਕਲ ਜਿਹੜੀ ਸੀ ਨਾ ਉਹਦਾ ਪਤਾ ਨਹੀਂ ਉਹ ਸਟੈਂਡ ਖਰਾਬ ਹੋਇਆ ਜਾਂ ਕੀ ਖਰਾਬ ਹੋਇਆ ਵਾ, ਕਿ ਰੋਜ਼ ਹੀ ਸਾਨੂੰ ਕਹਿੰਦਾ ਵਾ ਵੀ ਇਸ ਮੈਨੂੰ ਨਾ ਸਹੀ ਕਰਾ ਕੇ ਦਿਓ। ਅਤੇ ਗਰਮੀ ਇੰਨੀ ਜ਼ਿਆਦੀ ਹੁੰਦੀ ਆ ਅਤੇ ਅੱਜ ਇਹ ਨਾ ਬਿਲਾਲ ਦਾ ਪਾਪਾ ਕਹਿੰਦਾ ਸੀ ਮੈਂ ਤੈਨੂੰ ਨਾ ਸਹੀ ਕਰਾ ਕੇ ਦੇ ਦਿੰਦਾ, ਇਹ ਚੱਲੇ ਆ ਉੱਥੇ ਸਾਈਕਲ ਹੀ ਸਹੀ ਕਰਾਉਣ। ਅਤੇ ਮੈਂ ਵੀ ਬਾਜ਼ਾਰ ਜਾਣਾ ਸੀਗਾ, ਮੈਂ ਨਾ ਬਾਜ਼ਾਰ ਕੁਛ ਚੀਜ਼ਾਂ ਲੈਣੀਆਂ ਸੀਗੀਆਂ ਅਤੇ ਉਹ ਦੇਖਦੀ ਹਾਂ ਜੇ ਜਾ ਹੋ ਗਿਆ ਮੇਰੇ ਕੋਲ। ਮੇਰੇ ਨਾ ਕਮਰ ਦਾ ਜਿਹੜਾ ਮਸਲਾ ਬਣਿਆ ਨਾ, ਹੁਣ ਮੈਂ ਬੈਠੀ ਸੀਗੀ ਅਤੇ ਉਹ ਇਹ ਕਿ ਉੱਠੀ ਆ ਨਾ ਅਤੇ ਮੇਰੀ ਲੱਤ ਜਿਹੜੀ ਆ ਨਾ ਉਹ ਥੱਲੇ ਜ਼ਮੀਨ 'ਤੇ ਨਹੀਂ ਹੁਣ ਲੱਗਦੀ ਪੂਰੀ। ਇਹਦੇ ਵਿੱਚ ਨਾ ਮੈਂ ਥੋੜ੍ਹਾ ਜਿਹਾ ਮਿੱਠਾ ਪਾਣੀ ਜਿਹੜਾ ਵਾ ਨਾ ਉਹ ਬਣਾ ਲੈਣਾ ਅਤੇ ਕੱਚੀ ਲੱਸੀ ਬਣਾ ਪਾਣੀ ਬਣਾ ਲਾ। ਉਹ ਕਹਿੰਦਾ ਮਿੱਠਾ ਪਾਣੀ ਲਾਚੀ ਵਿੱਚ ਪੈ ਗਈ। ਜੀ ਇਹ ਨਾ ਇਸ
ਇਸਬਗੁੱਲ ਦਾ ਛਿਲਕਾ ਵਾ ਠੰਡਾ ਹੁੰਦਾ ਵਾ, ਕਹਿੰਦੇ ਇਸਬਗੁੱਲ ਕੁਛ ਨਾ ਫਰੋਲ, ਤੇ ਇਹ ਹੁਣ ਸ਼ਰਬਤ ਇਹਦਾ ਬਣਾਉਣ ਲੱਗੀ ਆ। ਮੈਂ ਜਦੋਂ ਵੀ ਸ਼ਰਬਤ ਬਣਾਵਾਂ ਨਾ ਥੋੜਾ ਜਿਹਾ ਇਸਬਗੁੱਲ ਦਾ ਛਿਲਕਾ ਪਾ ਲੈਂਦੀ ਹਾਂ, ਤੇ ਨਾਲ ਥੋੜਾ ਜਿਹਾ ਨਾ ਰੂਹ ਅਫਜ਼ਾ ਦੀ ਜਿਹੜੀ ਹੈ ਨਾ ਬੋਤਲ ਉਹ ਵੀ ਚਲੋ ਥੋੜੀ ਜਿਹੀ ਇਹ ਪਾ ਲੈਂਦੇ ਹਾਂ। ਬੜੇ ਮਜ਼ੇ ਦਾ ਸ਼ਰਬਤ ਬਣਦਾ ਵਾ ਇਸ ਤਰ੍ਹਾਂ। ਸਾਡਾ ਇੱਕ ਛੋਟਾ ਜਿਹਾ ਪਾਰਸਲ ਸੀਗਾ ਉਹ ਆਇਆ ਵਾ, ਅਤੇ ਉਹ ਇਹਨਾਂ ਲਾਲ ਦੇ ਪਾਪਾ ਨੇ ਨਾ ਰਿਸੀਵ ਕਰ ਲਿਆ, ਅਤੇ ਜੀ ਅਸੀਂ ਨਾ ਅੱਜ ਆਏ ਹਾਂ ਬਾਹਰ। ਮੈਂ ਕਿਹਾ ਬਾਹਰ ਦੇ ਕੋਈ ਥੋੜ੍ਹੇ ਜਿਹੇ ਸੀਨ ਆਪਣੇ ਭੈਣਾਂ ਭਰਾਵਾਂ ਨੂੰ ਦਿਖਾਈਏ, ਅਤੇ ਗਰਮੀ ਬਹੁਤ ਜ਼ਿਆਦੀ ਆ ਬਾਹਰ ਨਾ। ਅਸੀਂ ਉੱਪਰ ਤਾਂ ਮੋਟਰਵੇ ਹੈਗੀ ਹੈ, ਅਤੇ ਨੀਚੇ ਨਾ ਦੂਸਰਾ ਪੁੱਲ ਬਣਿਆ ਵਾ, ਇਹਦੇ ਥੱਲੇ ਨਾ ਅਸੀਂ ਖੜ੍ਹੇ ਹਾਂ, ਹਵਾ ਚੱਲਦੀ ਆ ਮਾਸ਼ਾਅੱਲਾ ਠੰਡੀ ਠੰਡੀ। ਇੱਧਰ ਇੱਕ ਭਾਈ ਨਿੱਕੇ ਨਾਲ ਲੈ ਕੇ ਚੱਲਿਆ ਵਾ ਰਿਕਸ਼ੇ 'ਤੇ ਜੀ। ਮਾਸ਼ਾਅੱਲਾ ਇੱਥੇ ਤਾਂ ਇੰਨੀ ਸੋਹਣੀ ਹਵਾ ਚੱਲਦੀ ਹੈ ਨਾ, ਬੰਦੇ ਦਾ ਦਿਲ ਕਰਦਾ ਇੱਥੇ ਮੰਜਾ ਡਾਇਆ ਹੋਵੇ, ਅਤੇ ਸਕੂਨ ਦੀ ਨੀਂਦ ਬੰਦਾ ਸੌ ਜਾਵੇ, ਟੈਨਸ਼ਨ ਫਰੀ ਬੰਦਾ ਕਰ ਦੇਵੇ। ਹਾਂ ਟੈਨਸ਼ਨ ਫਰੀ, ਉੱਥੇ ਅੰਬ ਵੀ ਲੱਗੇ ਆ ਮਾਸ਼ਾਅੱਲਾ। ਇੱਧਰ ਨਾ ਅੰਬ ਲੱਗੇ ਆ, ਮੈਨੂੰ ਲੱਗਦਾ ਅਚਾਰੀ ਅੰਬ ਹੈ ਨਾ। ਹਾਂ ਮੋਟਰ ਵੇਖ ਜਿਹੜੀ ਆ ਨਾ ਉਹ ਵੀ ਚੱਲਦੀ ਆ। ਇੱਧਰ ਕਿਸੇ ਨੇ ਨਾ ਦੂਸਰਾ ਮਿਰਚਾਂ ਲਾਈਆਂ ਵਾ, ਮਿਰਚਾਂ ਮਾਸ਼ਾਅੱਲਾ ਭਰੀਆਂ ਪਈਆਂ ਵਾ। ਸਾਡੀਆਂ ਮਿਰਚਾਂ ਨੇ ਨਾ ਤੇ ਇੱਕ ਦਫਾ ਫਲ ਦਿੱਤਾ, ਮਿਰਚਾਂ ਸਾਨੂੰ 6-7 ਮਿਰਚਾਂ ਦੇ ਦਿੱਤੀਆਂ ਜਿਹੜੀਆਂ ਅਸੀਂ ਤੋੜੀਆਂ ਸੀ, ਅਤੇ ਮੁੜ ਕੇ ਹਜੇ ਨਾ ਕੋਈ ਸਮਝ ਨਹੀਂ ਲੱਗ ਰਹੀ। ਤੁਸੀਂ ਅੰਬ ਦੇ ਉੱਪਰ ਚੜ੍ਹ ਕੇ ਮੈਨੂੰ ਅੱਜ ਦਿਖਾਓ, ਤੁਸੀਂ ਚੜ੍ਹ ਸਕਦੇ? ਨਹੀਂ ਕਿਧਰ ਦੇਖਦੇ ਹਾਂ ਯਾਰ, ਨਹੀਂ ਦੇਖਦੇ ਤੁਸੀਂ। ਉਹ ਅੰਬ ਸੌਖਾ ਵਾ, ਉਹਦੇ 'ਤੇ ਤੁਸੀਂ ਚੜ੍ਹ ਜਾਓ, ਇਹ ਵੀ ਸੌਖਾ ਵਾ, ਇਹਦੇ 'ਤੇ ਤੁਸੀਂ ਚੜ੍ਹ ਜਾਓ। ਮਾਸ਼ਾਅੱਲਾ ਬਿਲਾਲ ਦਾ ਪਾਪਾ ਨਾ ਟਰਾਈ ਕਰਨ ਲੱਗ ਗਿਆ, ਇਹਨਾਂ ਚੜ੍ਹ ਗਿਆ ਅੱਧ ਤੀਕਰ, ਅੱਧ ਤੀਕਰ ਚੜ੍ਹ ਗਿਆ ਬਿਲਾਲ ਦਾ ਪਾਪਾ ਨਾ, ਉਹ ਉੱਪਰ ਚਲਾ ਗਿਆ। ਵਾਕਿਆ ਹੈ ਤੁਸੀਂ ਤਾਂ ਦਰਖਤ 'ਤੇ ਚੜ੍ਹ ਸਕਦੇ ਆ ਨਾ। ਮਾਸ਼ਾਅੱਲਾ ਬਹੁਤ ਹੀ ਪਿਆਰੀ ਹਵਾ ਚੱਲਦੀ ਆ, ਅਤੇ ਅੰਬ ਦੇਖੋ ਗੁੱਛੇ ਗੁੱਛੇ ਅੰਬ ਖੜ੍ਹੇ ਆ। ਮੈਨੂੰ ਦਿਖਾਵਾ ਇਹ ਕਰ ਦਿੱਤਾ ਤੁਸੀਂ, ਮੈਂ ਉੱਤੇ ਚੜਾ ਕੇ ਚਲਾ ਗਿਆ, ਡਿੱਗ ਗਏ ਆ। ਮੈਂ ਉੱਤੇ ਤੀਕਰ ਚਲ ਜਾਣਾ ਸੀ, ਨਹੀਂ ਮੈਂ ਨਹੀਂ ਜਾਂਦੀ ਜੀ। ਮਾਸ਼ਾਅੱਲਾ ਬੱਚੇ ਜਿਹੜੇ ਆ ਨਾ ਗਰਮੀ ਦਾ ਜ਼ੋਰ ਜਿਹੜਾ ਵਾ ਨਾ ਉਹ ਤੋੜਨ ਡਏ ਆ, ਅਤੇ ਇਹਨਾਂ ਨਹਿਰ ਦੇ ਵਿੱਚ ਨਾ ਰਹੇ ਆ ਮਜ਼ੇ ਨਾਲ, ਅਤੇ ਨਹਿਰ ਹੀ ਨਹੀਂ ਡਿੱਗੀ ਨਹੀਂ ਹੈਗੀ। ਇੱਕ ਦੀਆਂ ਲੱਤਾਂ ਤਾਂ ਨੂੰ ਹੈਗੀਆਂ ਅਤੇ ਸਿਰ ਥੱਲੇ ਨੂੰ ਆ। ਕਿਹੜਾ
ਜੀ ਮਾਸ਼ਾਅੱਲਾ ਇੱਧਰ ਨਹਿਰ ਚੱਲਦੀ ਆ ਤੇ ਇਹ ਨਾ ਮਜ਼ੇ ਲੈ ਰਹੇ ਆ ਬੱਚੇ ਜਿਹੜੇ ਆ ਇੱਕ ਦੂਸਰੇ ਨੂੰ ਫੜਦੇ ਆ ਨਹਿਰ ਦੇ ਵਿੱਚ। ਅੱਜ ਕੱਲ੍ਹ ਜਿਹੜੇ ਬੱਚੇ ਆ ਨਾ ਬੜੇ ਤੇਜ਼ ਆ, ਦੇਖੋ ਕਿਸ ਤਰ੍ਹਾਂ ਛਾਲਾਂ ਮਾਰਦੇ ਆ ਨਹਿਰ ਦੇ ਵਿੱਚ। ਲੈ ਇਸ ਮੁੰਡੇ ਨੂੰ ਤਾਂ ਤਰਨਾ ਵੀ ਆਉਂਦਾ ਵਾ, ਹੈਂ ਤਰ ਜਾਂਦਾ ਵਾ ਮੁੰਡਾ। ਇੱਥੋਂ ਆਏ ਜੀ ਸਰਦਾਈ ਵਾਲੇ ਕੋਲ ਅਤੇ ਹੁਣ ਪੀਣ ਲੱਗੇ ਹਾਂ ਜੀ ਸਰਦਾਈ। ਗਰਮੀ ਬਹੁਤ ਜ਼ਿਆਦਾ ਵਾ ਅਤੇ ਬੇਗਮ ਸਭਾ ਬੈਠੇ ਆ ਅਤੇ ਮੈਂ ਕਿਹਾ ਸਰਦਾਈ ਪੀ ਲਈਏ। ਨਾਲ ਵੱਡਾ ਰੋਡ ਵੀ ਆ ਇੱਧਰ ਦੀ। ਇਹ ਮਸ਼ੀਨ ਹੈਗੀ ਆ ਬਦਾਮ ਰਗੜਨ ਵਾਲੀ ਅਤੇ ਜਾਲੀ ਮਾਸ਼ਾਅੱਲਾ ਪਾਈ ਆ, ਸੋਹਣਾ ਕੰਮ ਕੀਤਾ, ਲੁਕਾਈ ਹੋਈ ਆ ਅਤੇ ਇਹਦੇ ਵਿੱਚ ਬਦਾਮ ਰਗੜਦੇ ਆ। ਪੀ ਲਿਆ ਜੀ, ਚਲੀਏ। ਹਾਂ ਮੱਖੀਆਂ ਜਿਹੜੀਆਂ ਨਾ ਉਹ ਅੰਦਰ ਨਾ ਜਾਵੇ ਮਸ਼ੀਨ ਦੇ। ਤਾਂ ਕਿ ਮੱਖੀਆਂ ਜਿਹੜੀਆਂ ਨਾ ਉਹ ਅੰਦਰ ਨਾ ਜਾਵੇ ਮਸ਼ੀਨ ਦੇ।